ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਸਾਰੇ? ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਗੇ, ਆਪ ਆਪਣੇ ਘਰਾਂ ਦੇ ਵਿੱਚ ਹਾਸੇ ਵਾਸਤੇ ਤੇ ਰਾਜੀ ਖੁਸ਼ੀ ਹੋਗੇ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਵਿੱਚ। ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਆਪਾਂ। ਹਾਂਜੀ, ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ। ਟਾਈਮ ਹੋ ਚੁੱਕਾ ਹੈ 11:30 ਵਜੇ ਦਾ। ਅੱਜ ਮੈਂ ਵਲੌਗ ਦੀ ਸ਼ੁਰੂਆਤ ਦੁਪਹਿਰ ਹੀ ਹੋ ਚੱਲੀ ਹੈ, ਆਲਮੋਸਟ ਦੁਪਹਿਰ ਹੋ ਹੀ ਗਈ ਹੈ ਜਿਹੜੇ ਸਾਬ ਦੇ ਦਿਨ ਹੁੰਦੇ ਆ। ਦੁਪਹਿਰ ਤੇ ਹੋਈ ਜਾਂਦੀ ਕਿ ਦਿਨ ਚੜ੍ਹਦੇ ਦੁਪਹਿਰ ਆ ਜਾਂਦੀ ਆ। ਤੇ ਇੰਨੀ ਕੁ ਜ਼ਿਆਦਾ ਬਾਹਰ ਧੁੱਪ ਹੈ ਨਾ ਕਿ ਬਾਹਰ ਜਦੋਂ ਵੇਖੀ ਤੇ ਅੱਖਾਂ ਨਹੀਂ ਖੁੱਲਦੀਆਂ। ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਬਹੁਤ ਲੇਟ ਕੀਤੀ ਆ, 11:00 ਵੱਜ ਗਏ ਮੈਨੂੰ ਵਲੌਗ। ਅੱਜ ਮੈਂ ਨਾ ਮਤਲਬ ਕਿ ਅੱਜ ਹੈਗਾ ਸੀਗਾ ਸੰਡੇ, ਤੇ ਸੰਡੇ ਹੁੰਦਾ ਕਰਕੇ ਇਹ ਸੀਗਾ ਕਿ ਪਹਿਲਾਂ ਮੈਨੂੰ ਹੁੰਦਾ ਕਿ ਮੈਂ ਮਤਲਬ ਕਿ ਪਾਠ ਕਰ ਲਵਾਂ। ਮੈਂ ਉੱਠੀ ਬਹੁਤ ਜਲਦੀ ਸੀਗੀ, ਤੇ ਪਰ ਥੋੜੇ ਜਿਹੇ ਤੁਹਾਨੂੰ ਪਤਾ ਘਰ ਦੇ ਕੰਮ ਕਾਰ ਜਿਹੜੇ ਉਹ ਨਿਪਟਾਉਣੇ ਹੁੰਦੇ ਆ, ਤੇ ਫਿਰ ਏਦਾਂ ਮਤਲਬ ਕਿ ਪਾਠ ਜਿਹੜਾ ਫਿਰ ਉਹਦੇ ਲਈ ਅਲੱਗ ਤੋਂ ਟਾਈਮ ਕੱਢਣਾ ਪੈਂਦਾ ਹੈ। ਤੇ ਇਸ ਕਰਕੇ ਫਿਰ ਮੈਨੂੰ ਥੋੜਾ ਜਿਹਾ ਕਿ ਲੇਟ ਹੋ ਗਿਆ, ਤੇ ਪਾਠ ਮੈਂ ਕਰਨਾ ਹੁੰਦਾ ਇਸ ਸੰਡੇ ਨੂੰ ਚੁਪਹਿਰਾ ਸਾਹਿਬ ਦਾ। ਚੁਪਹਿਰਾ ਸਾਹਿਬ ਤੁਹਾਨੂੰ ਪਤਾ ਫਿਰ ਟਾਈਮ ਲੱਗ ਜਾਂਦਾ, ਚੁਪਹਿਰਾ ਸਾਹਿਬ ਦਾ ਪਾਠ ਕਰਨ ਲੱਗਿਆ। ਤੇ ਵੈਸੇ ਸਾਰੇ ਕਰਦੇ ਆ 12 ਤੋਂ 2 ਜਾਂ 12 ਤੋਂ 4 ਵਜੇ ਤੱਕ, ਤੇ ਮੈਂ ਜਿਹੜਾ ਵਾ ਟਾਈਮ ਦੇ ਨਾਲ ਹੀ ਕਰ ਲੈਂਦੀ ਹੁੰਦੀ ਹਾਂ, ਕਿਉਂਕਿ ਬਾਣੀ ਪੜ੍ਹਨੀ ਹੈ ਜਦੋਂ ਮਰਜ਼ੀ ਪੜ੍ਹ ਲਓ, ਹੈ ਨਾ। ਤੇ ਆਪਾਂ ਹੁਣ ਲੱਗੀਆਂ ਰੋਟੀ ਬਣਾਉਣ, ਜੇ ਗਰੁੱਪ ਵੀ ਸੁੱਤੇ, ਪ੍ਰਭ ਵੀ ਸੁੱਤਾ ਹੀ ਗਾ ਨਾ, ਕਿ ਦੋਵੇਂ ਪਿਓ ਪੁੱਤ ਹੀ ਸੁੱਤੇ ਆ ਉਹ। ਤੇ ਮੈਨੂੰ ਇਹ ਸੀਗਾ ਕਿ ਉਹ ਸਵੇਰੇ ਨਾ ਅਸੀਂ ਅੱਜ ਆਏ ਸੀ ਕਿ ਆਪਣੇ ਧੁੱਪੋਂ ਵਾਲੇ, ਤੇ ਸ਼ਾਇਦ ਤੁਸੀਂ ਉੱਠ ਗਿਆ। ਅੱਜ ਨਾ ਹੈਗੇ ਸੀਗੇ ਸਵੇਰੇ ਚਾਹਣਾ ਪਕੌੜੇ ਖਾਣ ਵਾਸਤੇ। ਕੱਲ ਨਾ ਗੁਰਦੁਆਰਾ ਸਾਹਿਬ ਤੋਂ ਉੱਥੇ ਲੰਗਰ ਲੱਗਾ ਸੀਗਾ, ਤੇ ਉਹਨਾਂ ਨੇ ਵੀਰ ਜੀ ਨੂੰ ਭੇਜੇ ਸੀਗੇ ਪਕੌੜੇ। ਤੇ ਸਵੇਰੇ ਆਪਾਂ ਚਾਹ ਦੇ ਨਾਲ ਉਹ ਖਾ ਲਏ, ਤੇ ਅਜੇ ਤੱਕ ਭੁੱਖ ਹੀ ਨਹੀਂ ਲੱਗੀ। ਤੇ ਹੁਣ ਆਪਾਂ ਰੋਟੀ ਜਿਹੜੀ ਅੱਜ ਇਸੇ ਕਰਕੇ ਹੀ ਲੇਟ ਬਣਾਉਣ ਲੱਗੇ ਆ। ਤੇ ਜਗਰੂਪ ਤੇ ਪ੍ਰਭ ਫਿਰ ਦੁਬਾਰਾ ਸੌਂਦੇ, ਰੋਟੀ ਮਤਲਬ ਕਿ ਚਾਹ ਪੀ ਕੇ ਨਹਾ ਨੂ ਕੇ ਸਾਰਾ ਮਤਲਬ ਕੰਮ ਕੁੰਮ ਕਰਾ ਗਏ ਮੇਰੇ ਨਾਲ, ਉਹ ਦੁਬਾਰਾ ਸੌਂਦੇ ਦੋਵੇਂ ਪਿਓ ਪੁੱਤ। ਤੇ ਮੈਂ ਪਾਠ ਕਰ ਲਿਆ, ਉਹਨਾਂ ਦੇ ਲਾਗੇ ਬੈਠੇ ਨੇ, ਤੇ ਉਹ ਕਹਿੰਦੇ ਕਿ ਅਜੇ ਭੁੱਖ ਨਹੀਂ ਲੱਗੀ ਰੋਟੀ, ਜਦੋਂ ਅਜੇ ਵੀ ਉਹਨਾਂ ਨੇ ਰੋਟੀ ਨਹੀਂ ਖਾਣੀ, ਮੈਨੂੰ ਭੁੱਖ ਲੱਗੀ ਕਿਉਂਕਿ ਮੈਂ ਪਕੌੜੇ ਸਿਰਫ 2 ਹੀ ਖਾਧੇ ਸੀਗੇ। ਤੇ ਮੈਨੂੰ ਭੁੱਖ ਲੱਗੀ, ਮੈਂ ਰੋਟੀ ਖਾਵਾਂ, ਫਿਰ ਜਦੋਂ ਉੱਠਣਗੇ ਲੋਕੇ ਉਹ ਖਾ ਲੈਣਗੇ। ਤੇ ਹੁਣ ਆਪਾਂ ਰੋਟੀ ਬਣਾ ਲਈਏ, ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਦੁਪਹਿਰੇ ਜੀ, ਠੀਕ ਆ। ਤੇ ਵੈਸੇ ਤਾਂ ਹੁਣ ਮੈਨੂੰ ਇੰਨੀ ਨੀਂਦ ਆਉਂਦੀ ਨਾ, ਪਤਾ ਨੀ ਕਿਉਂ ਆਉਣਾ ਕਹਿੰਦੇ ਹੁੰਦੇ ਨਾ ਕੱਲ ਜੋ ਗਿਆ, ਤੇ ਪਾਠ ਕਰਦਿਆਂ ਇੰਨੀ ਨੀਂਦ ਆਉਂਦੀ ਹੀ ਨਾ, ਤੇ ਦਿਲ ਕਰਦਾ ਨੀ ਕਿ ਮੈਂ ਹੁਣੇ ਹੀ ਸੌਂ ਜਾ। ਤੇ ਪਰ ਬਾਣੀ ਪੜ੍ਹਦੇ ਆਪਾਂ ਸੌ ਨਹੀਂ ਸਕਦੇ, ਹਨਾ। ਜਦੋਂ ਆਪਾਂ ਇਹ ਕਲਯੁੱਗ ਕਹਿੰਦੇ, ਜਗਰੂਪ ਕਹਿੰਦੇ ਹੁੰਦੇ ਆ, ਤੇ ਵੈਸੇ ਵੀ ਜਿਹੜਾ ਕਲਯੁੱਗ ਹੈ, ਕਲਯੁੱਗ ਘੇਰਦਾ ਹੈ ਆਪਾਂ ਨੂੰ, ਕਲਯੁੱਗ ਜਿਹੜਾ ਉਹ ਚੰਗੇ ਬੰਨੇ ਨਹੀਂ ਲੱਗਣ ਦਿੰਦਾ ਬਾਣੀ ਪੜ੍ਹਦੇ ਆ। ਜਦੋਂ ਬਾਣੀ ਇੱਕ ਮਹਾਰਾਜ ਦਾ ਨਾਂ ਲੈਣਾ ਵਾ ਨਾ, ਉਦੋਂ ਆਪਾਂ ਨੂੰ ਜ਼ਿਆਦਾ ਕਲਯੁੱਗ ਹੋਰ ਖਿੱਚ ਖਿੱਚ ਕੇ ਸੌਂਦਾ ਵੀ ਬਸ ਤੂੰ ਸੌਂ ਜਾ, ਤੂੰ ਕੁੱਝ ਨਾ ਕਰੀ, ਪਾਠ ਨਾ ਕਰ, ਤੂੰ ਬਸ ਮਹਾਰਾਜ ਦਾ ਨਾਂ ਨਾ ਲੈ। ਤੇ ਕਲਯੁੱਗ ਅੱਜ ਕੱਲ੍ਹ ਬਹੁਤ ਜਿਹੜਾ ਵੈਸੇ ਵੀ ਵਧਿਆ ਪਿਆ, ਤੁਹਾਨੂੰ ਪਤਾ ਇਨਸਾਨਾਂ ਚ ਵੀ ਕੋਈ ਕਿਸੇ ਦਾ ਚੰਗਾ ਨਹੀਂ ਚਾਹੁੰਦਾ, ਤੇ ਕੋਈ ਕਿਸੇ ਨੂੰ ਵੇਖ ਕੇ ਕੁਛ ਨਹੀਂ ਹੈਗਾ, ਕੋਈ ਭਲਾ ਨਹੀਂ ਕਰਨਾ ਚਾਹੁੰਦਾ ਕਿਸੇ ਦਾ। ਤੇ ਇਹਨੂੰ ਕਲਯੁੱਗ ਹੀ ਕਹਿੰਦੇ ਆ, ਜਿਹੜੇ ਆਪਾਂ ਚੰਗੇ ਕੰਮਾਂ ਤੋਂ ਭੱਜਦੇ ਆ ਨਾ, ਵੀ ਚੰਗੇ ਕੰਮ ਨਹੀਂ ਆਪਾਂ ਨੂੰ ਕਰਨੇ ਪੈਣ, ਤੇ ਬੁਰਿਆਈਆਂ ਵੱਲ ਆਪਾਂ ਜ਼ਿਆਦਾ ਜਾਂਦੇ ਆ, ਇਹ ਕਲਯੁੱਗ ਹੀ ਹੁੰਦਾ ਹੈ। ਕਲਯੁੱਗ ਹੀ ਆਪਣੇ ਤੋਂ ਇਹੋ ਜਿਹੇ ਕੰਮ ਕਰਵਾਉਂਦਾ। ਤੇ ਤੁਸੀਂ ਕਹੋਗੇ ਪਤਾ ਨੀ ਅੱਜ ਕਿੱਧਰੋਂ ਗਿਆਨ ਲੈ ਕੇ ਆ ਗਈ ਆ, ਗਿਆਨ ਨਹੀਂ ਆ ਇਹ, ਬਸ ਮੈਂ ਆਪਣੀ ਓਪੀਨੀਅਨ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਤੇ ਮੈਂ ਚਲੋ ਨਾਲ ਦੀ ਨਾਲ ਹੀ ਉਹ ਫੁਲਕੇ ਬਣਾ ਲੈਂਦੇ, ਨਾਲ ਦੀ ਨਾਲ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲੈਂਦੇ। ਮੈਂ ਮੈਨੂੰ ਮੇਰੇ ਮਨ ਦੀ ਇਹ ਗੱਲ ਹੁੰਦੀ ਹੈ ਕਿ ਮੈਨੂੰ ਹੁੰਦਾ ਕਿ ਮੈਂ ਹਨਾ ਮੇਰੇ ਵੱਲੋਂ ਕਿਸੇ ਦਾ ਬੁਰਾ ਨਾ ਹੋਵੇ, ਹਨਾ, ਕਿਉਂਕਿ ਕਿਸੇ ਦਾ ਬੁਰਾ ਕਰਕੇ ਆਪਾਂ ਕੀ ਲੈਣਾ,
ਹਾਂ ਆਪਣੀ ਜ਼ਿੰਦਗੀ ਜੀਣ ਆਏ ਆ, ਆਪਣੀ ਜ਼ਿੰਦਗੀ ਜੀਓ, ਬਸ ਆਪਣਾ ਸੋਚੋ, ਕਿਸੇ ਦਾ ਨਾ ਸੋਚੋ। ਜੇ ਹਾਂ ਜੇ ਤੁਹਾਡੇ ਨਾਲ ਕੋਈ ਚੰਗਾ ਤੇ ਉਹਦੇ ਨਾਲ ਚੰਗਾ ਰਹੋ, ਜੇ ਤੁਹਾਡੇ ਨਾਲ ਕੋਈ ਮਾੜਾ ਵਾਣਾ ਤੇ ਉਹਦੇ ਨਾਲ ਵੀ ਤੁਸੀਂ ਚੰਗਾ ਰਹੋ। ਤੁਸੀਂ ਆਪਣੇ ਵੱਲੋਂ ਕੋਈ ਕਿਸੇ ਨਾਲ ਮਾੜਾ ਨਾ ਕਰੋ, ਰੱਬ ਤੇ ਵੇਖਣ ਹੀ ਦਿਆ ਵਾਣਾ, ਰੱਬ ਤੇ ਸਭ ਕੁਛ ਜਾਣਦਾ ਹੀ ਹੋਣਾ, ਤੇ ਇਸ ਕਰਕੇ ਜੋ ਵੀ ਕਰਨਾ ਉਹਨੇ ਚੰਗੇ ਬੁਰੇ ਦਾ ਫੈਸਲਾ ਉਹਨੇ ਕਰਨਾ ਵੀ ਕੌਣ ਤੁਹਾਡੇ ਨਾਲ ਚੰਗਾ ਕਰਨ ਦਿਆ ਤੇ ਕੌਣ ਤੁਹਾਡੇ ਨਾਲ ਮਾੜਾ ਕਰਨ ਦਿਆ। ਤੁਹਾਨੂੰ ਵੀ ਪਤਾ ਲੱਗ ਹੀ ਜਾਂਦਾ ਕਿਉਂਕਿ ਜਿਹੜਾ ਨਾ ਆਪਣੀਆਂ ਆਪਾਂ ਨੂੰ ਸਭ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਚਲਾਕੀਆਂ ਕਰਦੇ ਹਾਂ ਤੇ ਸ਼ਾਇਦ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ, ਪਰ ਪਤਾ ਸਭ ਲੱਗ ਜਾਂਦਾ ਵਾ। ਇਹ ਗੱਲ ਹੁੰਦੀ ਆ ਕਿ ਉਹਨਾਂ ਨੂੰ ਹੁੰਦਾ ਹੈ ਕਿ ਸ਼ਾਇਦ ਅਸੀਂ ਜ਼ਿਆਦਾ ਸਿਆਣੇ ਆ, ਇਹ ਐਵੇਂ ਲੱਲੂ ਹੀ ਬੈਠੇ ਆ, ਪਰ ਅੱਜ ਕੱਲ੍ਹ ਦੀ ਦੁਨੀਆਂ 'ਚ ਸਭ ਸਿਆਣੇ ਆ, ਕੋਈ ਨਿਆਣਾ ਨਹੀਂ ਹੈਗਾ। ਤੇ ਚਲੋ ਗਾਈਸ, ਹੁਣ ਮੈਂ ਗੱਲਾਂ ਚਾਰੀਆਂ ਕਰ ਲਈਆਂ ਤੇ ਹੁਣ ਆਪਾਂ ਬਸ ਰੋਟੀ ਬਣਾ ਲਈਏ ਤੇ ਫਿਰ ਆਉਂਦੇ ਹਾਂ। ਅੱਜ ਆਪਾਂ ਦਹੀਂ ਦੇ ਵਿੱਚ ਪਕੌੜੀਆਂ ਪਾਉਣੀਆਂ ਬੇਸਣ ਵਾਲੀਆਂ, ਤੇ ਰੋਟੀ ਪਹਿਲਾਂ ਮੈਂ ਰੋਟੀ ਮੈਂ ਬਣਾ ਲਾਂ ਤੇ ਫਿਰ ਦਹੀਂ ਵਿੱਚ ਪਾਉਣ ਵਾਸਤੇ ਪਕੌੜੀਆਂ ਕੱਢਦੀ ਹਾਂ। ਗਾਇਸ ਟਾਈਮ ਹੋ ਗਿਆ ਸ਼ਾਮ ਦਾ 4:30 ਦਾ, ਤੇ ਅੱਜ ਜਿਵੇਂ ਕਿ ਸੰਡੇ ਸੀਗਾ ਤੇ ਬੱਚਿਆਂ ਨੇ ਨਹੀਂ ਆਉਣਾ ਟਿਊਸ਼ਨ, ਤੇ ਇਸ ਕਰਕੇ ਅੱਜ ਆਪਾਂ ਕਰ ਰਹੇ ਹਾਂ ਸੂਟ ਸਟਿਚ। ਮੇਰੇ ਗਲੇ 'ਚ ਇੰਚ ਟੇਪ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਗੇ, ਤੇ ਅੱਜ ਆਪਾਂ ਸੂਟ ਸਟਿਚ ਕਰਦੇ ਪਏ ਹਾਂ ਕਿਉਂਕਿ ਮੈਂ ਹਾਂ ਚਲੋ ਸੰਡੇ ਵਾਲੇ ਦਿਨ ਨਾ ਥੋੜ੍ਹਾ ਜਿਹਾ ਹੁੰਦਾ ਕਿ ਸ਼ਾਮ ਨੂੰ ਟਾਈਮ ਫ੍ਰੀ ਹੁੰਦਾ, ਤੇ ਉਸ ਟਾਈਮ 'ਤੇ ਬੰਦਾ ਨਾ ਕੋਈ ਨਾ ਕੋਈ ਸੂਟ ਆਪਣਾ ਸਟਿਚ ਕਰ ਲੈਂਦਾ, ਅਦਰਵਾਈਜ਼ ਦਿਲ ਨਹੀਂ ਕਰਦਾ ਕਿਉਂਕਿ ਸਾਰਾ ਦਿਨ ਦੇ ਸੂਟ ਸਟਿਚ ਕਰਨ ਨੂੰ ਦਿਲ ਨਹੀਂ ਕਰਦਾ, ਬਸ ਇਹੋ ਸ਼ਾਮਾਂ ਹੀ ਹੁੰਦਾ ਕਿ ਹਾਂ ਘੜੀ ਹਾਂ ਹੁਣ ਕਰ ਲਈਏ, ਸ਼ਾਮਾਂ ਜਿਹਾ ਦਿਲ ਕਰਦਾ ਕਿਉਂਕਿ ਦਿਨੇ ਹੁੰਦਾ ਕਿ ਸੌਂ ਜਾਈਏ, ਤੇ ਸਵੇਰੇ ਸਵੇਰ ਹੁੰਦਾ ਵਾ ਕਿ ਕੰਮ ਕਰ ਲਈਏ, ਦੁਪਹਿਰ ਦਾ ਟਾਈਮ ਹੋ ਜਾਂਦਾ ਸੌਣ ਦਾ, ਤੇ ਉਹ ਟਾਈਮ ਹੁੰਦਾ ਲੇਜ਼ੀ ਪੁਣੇ ਦਾ, ਤੇ ਸ਼ਾਮ ਜਿਹੇ ਨੂੰ ਥੋੜ੍ਹੀ ਜਿਹੀ ਜਿਹੜੀ ਆ ਉਹ ਆਉਂਦੀ ਆ, ਐਨਰਜੀ ਆਉਂਦੀ ਆ, ਤੇ ਫਿਰ ਸ਼ਾਮ ਜਿਹੇ ਨੂੰ ਇੱਦਾਂ ਮਤਲਬ ਕਿ ਦਿਲ ਕਰਦਾ ਕਿ ਹਾਂ ਹੁਣ ਜਿਹੜਾ 2 ਘੰਟੇ ਲਾ ਕੇ ਸੂਟ ਸਟਿਚ ਕਰ ਲਈਏ, ਤੇ ਹੁਣ ਆਪਾਂ ਇਹਦੇ ਸੂਟ ਸਟਿਚ ਕਰਦੇ ਹਾਂ, ਥੋੜ੍ਹਾ ਟਾਈਮ 6 ਵਜੇ ਤੱਕ ਸੂਟ ਸਟਿਚ ਕਰਾਂਗੇ, ਫਿਰ ਆਪਾਂ ਬਾਹਰ ਜਾ ਕੇ ਪਾਵਾਂਗੇ, ਤੇ ਅੱਜ ਆਪਣੇ ਘਰ ਕੋਈ ਆਉਣ ਵੀ ਦਿਆ ਵਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਤੇ ਬਣੇ ਰਹੋ ਵਲੌਗ ਦੇ ਵਿੱਚ ਇੱਦਾਂ ਹੀ। ਮੈਂ ਜਲਦੀ ਜਲਦੀ ਉਹਨਾਂ ਦੇ ਆਉਣ ਤੋਂ ਪਹਿਲਾਂ ਕੰਮ ਕਰ ਲਾਂ, ਤੇ ਫਿਰ ਆਪਾਂ ਮਿਲਾਵਾਂਗੇ ਤੁਹਾਨੂੰ ਉਹਨਾਂ ਦੇ ਨਾਲ, ਤੇ ਇਹ ਬਹੁਤ ਹੀ ਵਧੀਆ ਸਰਪ੍ਰਾਈਜ਼ ਆ ਤੁਹਾਡੇ ਸਾਰਿਆਂ ਲਈ ਤੇ ਮੇਰੇ ਲਈ ਵੀ, ਕਿਉਂਕਿ ਉਹ ਇਨਸਾਨ ਜਿਹੜਾ ਆਪਣੇ ਘਰ ਆਉਂਦੇ ਆ ਨਾ, ਉਹਦੀ ਇੱਕ ਕੁੜੀ ਨੂੰ ਆਪਣੇ ਮਤਲਬ ਕਿ ਫੀਲਿੰਗ ਤੁਸੀਂ ਸਮਝ ਨਹੀਂ ਸਕਦੇ ਹੈ ਨਾ, ਤੁਸੀਂ ਨਹੀਂ ਸਮਝ ਸਕਦੇ, ਕੁੜੀਆਂ ਹੀ ਸਮਝ ਸਕਦੀਆਂ ਹੈ ਨਾ, ਅਤੇ ਉਹ ਕੁੜੀਆਂ ਨੂੰ ਨਾ ਉਹ ਜਦੋਂ ਇਨਸਾਨ ਆਪਣੇ ਘਰ ਆਉਂਦਾ ਵਾ ਹੈ ਨਾ, ਅਤੇ ਜਾਂ ਆਪਾਂ ਉਹਨਾਂ ਦੇ ਕੋਲ ਜਾਂਦੇ ਹਾਂ ਨਾ, ਅਤੇ ਉਹ ਫੀਲਿੰਗ ਜਿਹੜੀ ਉਹਨਾਂ ਦੀ ਵੱਖਰੀ ਹੁੰਦੀ ਆ। ਅਤੇ ਬਣੇ ਰਹੋ ਵਲੌਗ ਦੇ ਵਿੱਚ ਤੁਸੀਂ, ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਕੌਣ ਆ ਰਿਹਾ, ਅਤੇ ਮੈਂ ਹੁਣ ਜਲਦੀ ਜਲਦੀ ਕੰਮ ਕਰ ਲਾਂ ਫ੍ਰੀ ਹੋ। ਹੈਲੋ ਜੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ, ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਹਾਂ। ਟਾਈਮ ਹੋ ਚੁੱਕਾ ਹੈ ਸਵੇਰ ਦਾ 8:30 ਦਾ, ਤੇ 8 ਵਜੇ ਮੈਨੂੰ ਲੱਗਦਾ 8:30 ਵਜੇ, ਕਿਉਂਕਿ ਮੈਂ ਬੜਾ ਟਾਈਮ ਨਾਲ ਉੱਠੀ ਨਾ, ਤੇ ਇਸ ਕਰਕੇ ਮੈਨੂੰ ਲੱਗਦਾ ਨਾ ਪਤਾ ਨਹੀਂ ਕਿੰਨਾ ਹੀ ਦੇਰ ਚਲੇ ਗਿਆ ਹੁੰਦਾ ਵਾ। ਤੇ 8 ਵਜੇ ਦਾ ਟਾਈਮ ਹੋ ਗਿਆ, ਤੇ ਨਹਾਉਣ ਨੂੰ ਲਿਆ, ਕੰਮ ਕਾਰ ਆਪਣਾ ਘਰ ਦਾ ਆਲਮੋਸਟ ਕਰ ਲਿਆ, ਤੇ ਕੱਲ੍ਹ ਵਾਲੀ ਵੀਡੀਓ 'ਚ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਨਾ ਕਿਹੜੇ ਗੈਸਟ ਆਉਣੇ ਆ, ਤੇ ਉਹ ਗੈਸਟ ਨਾਲ ਅੱਜ ਤੁਹਾਨੂੰ ਆਪਾਂ ਬਣਾਉਂਦੇ ਹਾਂ ਅੱਗੇ ਜਾ ਕੇ। ਅਤੇ ਰਾਤੀ ਬਾਅਦ ਵਿੱਚ ਮੇਰਾ ਵੀਡੀਓ ਬਣਾਉਣ ਦਾ ਬਿਲਕੁਲ ਟਾਈਮ ਹੀ ਨਹੀਂ ਲੱਗਾ, ਕਿਉਂਕਿ ਇੱਕ ਤਾਂ ਗਰਮੀ ਬੜੀ ਸੀਗੀ, ਇੱਕ ਜਦੋਂ ਪਹਿਲਾਂ ਤੁਹਾਨੂੰ ਕੋਈ ਘਰ ਦੇ ਵਿੱਚ ਆ ਜਾਵੇ ਫਿਰ ਟਾਈਮ ਬਿਲਕੁਲ ਨਹੀਂ ਲੱਗਦਾ। ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ, ਸਵੇਰ ਦੇ ਨਾਸ਼ਤੇ ਦਾ ਟਾਈਮ ਹੋ ਗਿਆ, ਚਾਹ ਪਾਣੀ ਆਪਾਂ ਪੀ ਲਿਆ, ਅਤੇ ਆਪਾਂ ਲੱਗੇ ਹਾਂ ਬਣਾਉਣ ਆਲੂ ਵਾਲੇ ਪਰੌਂਠੇ। ਅਤੇ ਆਲੂ ਵਾਲੇ ਪਰੌਂਠੇ ਵਾਸਤੇ ਆਲੂ ਮੈਂ ਉਬਲਣ ਵਾਸਤੇ ਰੱਖ ਆਈ ਹਾਂ, ਅਤੇ ਲੱਗੀ ਹਾਂ ਪਿਆਜ਼ ਵਗੈਰਾ ਕੱਟ ਕਰਨ ਵਿੱਚ ਪਾਉਣ ਵਾਸਤੇ। ਅਤੇ ਹੁਣ ਆਪਾਂ
ਨਾਸ਼ਤੇ ਦੀ ਤਿਆਰੀ ਕਰੀਏ। ਨਾਸ਼ਤਾ ਤਾਂ ਚਲੋ ਆਪਣਾ ਪੰਜਾਬੀਆਂ ਦਾ ਹੋ ਹੀ ਜਾਂਦਾ, ਇਹ ਨਾਸ਼ਤਾ ਪਲੱਸ ਕੀ ਹੋ ਜਾਂਦਾ ਵਾ ਲੰਚ, ਹੈ ਨਾ, ਇਕੱਠੀ ਚੀਜ਼ਾਂ ਹੁੰਦੀਆਂ ਨਾ ਪ੍ਰਭੂ, ਲੰਚ ਪਲੱਸ ਬ੍ਰੰਚ ਕਹਿੰਦੇ ਨੇ, ਲੰਚ ਪਲੱਸ ਬ੍ਰੰਚ ਦੋਵੇਂ ਚੀਜ਼ਾਂ, ਮਤਲਬ ਕਿ ਬ੍ਰੇਕਫਾਸਟ ਅਤੇ ਲੰਚ ਦੋਵੇਂ ਇਕੱਠੇ ਪਾ ਕੇ ਹੋ ਜਾਂਦਾ ਬ੍ਰੰਚ। ਅਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਆਲੂ ਵਾਲੇ ਪਰੌਂਠੇ, ਬੜੇ ਚਲੋ ਇਹੀ ਖਾਧੇ ਹਨ, ਅਤੇ ਮੈਂ ਚਲੋ ਕਿਸੇ ਦੇ ਬਹਾਨੇ ਦੇ ਨਾਲ ਹੀ, ਤੁਹਾਨੂੰ ਪਤਾ ਚੀਜ਼ ਬਣਦੀ ਆ ਇੰਨੀ ਗਰਮੀ 'ਚ, ਦਿਲ ਵੀ ਕਿੱਥੇ ਕਰਦਾ ਉੱਦਾਂ, ਪਰ ਫਿਰ ਵੀ ਨਾ ਆਪਣੇ ਘਰ ਥੋੜ੍ਹਾ ਜਿਹਾ ਇਹ ਕਿ ਬਰਾਂਡੇ 'ਤੇ ਥੋੜ੍ਹਾ ਠੰਡਾ ਵਾ, ਫਿਰ ਵੀ ਆਪਾਂ ਬਣਾ ਸਕਦੇ ਹਾਂ। ਨਹੀਂ ਤਾਂ ਕਈਆਂ ਘਰਾਂ ਦੇ ਵਿੱਚ ਵੇਖਿਆ ਇੰਨੀ ਗਰਮੀ ਹੁੰਦੀ ਨਾ, ਬੜਾ ਬੁਰਾ ਹਾਲ ਹੋ ਜਾਂਦਾ ਜੀ। ਅਤੇ ਚਲੋ ਜੀ ਮੈਂ ਜਲਦੀ ਜਲਦੀ ਤਿਆਰੀ ਕਰ ਲਾਂ, ਅਤੇ ਫਿਰ ਆਪਾਂ ਮਿਲਦੇ ਹਾਂ, ਤੁਹਾਨੂੰ ਬੁਲਾਉਂਦੇ ਹਾਂ ਆਪਣੇ ਘਰ ਆਉਣ ਵਾਲਾ, ਠੀਕ ਹੈ। ਗੈਸਟ ਆਈ ਨੇ ਮੰਮੀ, ਇਧਰ ਆਇਆ ਨੋਈ, ਮੇਰੀ ਗੱਲ ਸੁਣੋ, ਜੇ ਇਸ ਨਾਲ ਮੈਨੂੰ ਦੇ ਦੇ ਵਰਗ ਨੀ ਪੈਣਾ, ਤੁਹਾਡੀ ਆਵਾਜ਼ ਮੈਂ ਨਾ ਵਾਇਰਲ ਹੋ ਜੇ ਲੱਗੀ ਹੈ ਇਧਰ ਆਇਆ ਬਤਾਲੀ
ਆਇਆ ਇਧਰ ਸਨੋਈ ਥੱਲੇ ਆਈ ਨਾ ਮੱਥੇ ਤੇ ਕਾਲੋਂ ਲਵਾਈ ਵੱਜ ਗਏ ਨੇ 5 ਤੇ ਮੈਂ ਲੱਗੀ ਹਾਂ ਚਾਹ ਬਣਾਉਣ। ਜਗਰੂਪ ਆਏ ਸੀਗੇ ਡਿਊਟੀ 'ਤੇ, ਜਗਰੂਪ ਕਹਿੰਦੇ ਮੈਨੂੰ ਚਾਹ ਬਣਾ ਕੇ ਦੇ। ਤੁਹਾਨੂੰ ਪਤਾ ਜਦੋਂ ਘਰ ਵਾਲੇ ਬਾਹਰੋਂ ਆਏ ਹੋਣ ਨਾ, ਇਹਨਾਂ ਨੂੰ ਸਭ ਤੋਂ ਪਹਿਲਾਂ ਆਉਂਦੇ ਹੀ ਚਾਹ ਚਾਹੀਦੀ ਹੁੰਦੀ ਹੈ, ਅਤੇ ਮੈਂ ਸਵੇਰ ਦੀ ਚੰਗੀ ਚਾਹ ਨਹੀਂ ਪੀਤੀ ਕਿਤੋਂ। ਮੈਨੂੰ ਚਾਹ ਬਣਾ ਕੇ ਦੇ ਪਹਿਲਾਂ, ਅਤੇ ਹੁਣ ਮੈਂ ਚਾਹ ਬਣਾਉਂਦੇ ਪਈ ਹਾਂ। ਚਾਹ ਆਪਾਂ ਇੱਕ ਸਾਈਡ 'ਤੇ ਚਾਹ ਰੱਖੀ ਹੋਈ ਹੈ, ਅਤੇ ਇੱਕ ਸਾਈਡ 'ਤੇ ਆਪਾਂ ਭਿੰਡੀਆਂ ਨੂੰ ਤੜਕਾ ਲਾਉਣ ਲੱਗੇ। ਆਪਾਂ ਬਣਾਉਣੀਆਂ ਅੱਜ ਭਿੰਡੀਆਂ। ਲੋ ਵੀ ਆਪਾਂ ਲੱਗਿਆ ਤੜਕਾ ਲਾਉਣ ਸਬਜ਼ੀ ਨੂੰ, ਅਤੇ ਮੰਮੀ ਨੂੰ ਵੀ ਅੱਜ ਆਪਾਂ ਕੰਮੇ ਲਾਇਆ। ਮੰਮੀ ਨੇ ਸਬਜ਼ੀ ਕੱਟ ਕੇ ਦਿੱਤੀ ਮੈਨੂੰ, ਕਹਿੰਦੇ ਨੇ ਪ੍ਰਾਹੁਣਿਆਂ ਨੂੰ ਆ ਕੇ ਕੋਈ ਪ੍ਰਾਹੁਣਾ ਵਿਹਲ ਲੈਣਾ ਬਹਿ ਜੇ, ਜੇ 2 ਦਿਨ ਕਿਸੇ ਦੇ ਘਰ ਰਹਿਣ ਆਇਆ ਤੇ ਹੈ ਨਾ। ਮੈਂ ਮੰਮੀ ਨੂੰ ਵੀ ਕੰਮੇ ਲਾਇਆ ਅੱਜ, ਬੜਾ ਕੰਮ ਹੋਰ ਮੰਮੀ ਨੇ ਸਬਜ਼ੀ ਹਟ ਨਹੀਂ ਬਸ ਵਾਧੂਗਾ ਸਾਡੇ ਕੀ ਆਪਾਂ ਉਤਰਾ ਤਾੜ ਦੇ ਉਹਦੇ ਵਿੱਚ ਮੰਮੀ ਨੇ ਮੈਂ ਸਬਜ਼ੀ ਕੱਟ ਕੇ ਮੈਂ ਜਲਦੀ ਜਲਦੀ ਸਬਜ਼ੀ ਨੂੰ ਤੜਕਾ ਲਾ ਤਾ, ਫਿਰ ਆਪਾਂ ਜਦੋਂ ਰੋਟੀ ਖਾਣੀ ਹੋਊਗੀ ਫਿਰ ਆਪਾਂ ਰੋਟੀ ਬਣਾ ਲਾਂਗੇ। ਅਤੇ ਜਿੱਦਾਂ ਕਿ ਅੱਜ ਆਪਾਂ ਭਿੰਡੀ ਦੀ ਸਬਜ਼ੀ ਬਣਾਉਣੀ ਆ, 2 ਮਿੰਟ ਸਬਜ਼ੀ ਲਗਾਇਆ ਉਹਨੇ ਕਿਚਨ 'ਚ, ਤਾਂ ਇਹ ਆ ਵੀ ਇੱਕ ਵਾਰੀ ਵਧੀਆ ਅਤੇ 2 ਮਿੰਟ ਕੰਮ ਨਹੀਂ ਕੱਢ ਜਾਂਦਾ ਵਾ। ਅਤੇ ਹੁਣ ਆਪਾਂ ਆਵਾਂਗੇ ਬਾਹਰ ਖੜੀਏ ਅਤੇ ਬਾਹਰ ਵੀ ਹਵਾ ਲਾਉਂਗੇ, ਫਿਰ ਦਾ ਅੰਦਰ ਬਹਿ ਕੇ ਅੱਜ ਆਲੂ ਵਾਲੀਆਂ ਖਾ ਗਏ, ਆਲੂ ਵਾਲੀਆਂ ਖਾ ਕੇ ਨਾ ਮੁੜ ਕੇ ਅਤੇ ਬਸ ਫਿਰ ਧੰਨ ਧੰਨ ਨਹੀਂ ਹੋਈ ਗਈ, ਸਾਰਾ ਦਿਨ ਅੰਦਰ ਹੀ ਸੁੱਤੇ ਰਹੇ। ਅਤੇ ਹੁਣ ਆਪਾਂ ਨਿਕਲੇ ਹਾਂ 6:45 ਮੈਂ ਹਾਂ ਬਹਿ ਜਾਓ ਬਾਹਰ, ਮੈਂ ਵੀ ਆਉਂਦੀ ਹਾਂ। ਮੰਮੀ ਆਉਂਦੀ ਆ ਤੇ ਨਿਕਲੀਆਂ ਹੀ ਨਹੀਂ, ਬਾਹਰ ਆਪਾਂ ਮੰਜੇ ਡਾ ਲਿਆ, ਹੁਣ ਆਪਾਂ ਉੱਥੇ ਬਹਾਂਗੇ ਅਤੇ ਅੱਜ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਅਤੇ ਆਪਾਂ ਕਰਾਂਗੇ ਗੱਲਾਂ ਬਾਤਾਂ ਬਾਹਰ। ਅਤੇ ਅੱਜ ਮੰਮੀ ਜਿੱਦਾਂ ਕਿ ਤੁਹਾਨੂੰ ਮਿਲ ਗਏ ਸੀ, ਤਾਂ ਮੰਮੀ ਆਏ ਕੱਲ੍ਹੇ, ਮੰਮੀ ਅੱਜ ਚੱਲ ਜਾਣਾ ਅਤੇ ਮੰਮੀ ਨਾਲ ਪ੍ਰਵਾਸ ਕਰਿਆ। ਮੰਮੀ ਕਹਿੰਦੇ ਮੈਨੂੰ ਛੱਡ ਗਿਆ, ਪ੍ਰਭ ਨੂੰ ਕਹਿੰਦੇ ਮੈਨੂੰ ਛੱਡ ਗਿਆ, ਮੈਂ ਨਹੀਂ ਛੱਡ ਕੇ ਨਹੀਂ ਆਉਣਾ, ਅੱਜ ਇੱਕ ਦਿਨ ਹੋਰ ਰਹੋ, ਅਸੀਂ ਕਿੰਨੇ ਕਿੰਨੇ ਦਿਨ ਰਹਿ ਕੇ ਆਉਂਦੇ ਹਾਂ। ਉਹ ਕਹਿੰਦਾ ਮਾਵਾਂ ਕੋਲ ਧੀਆਂ ਰਹਿ ਲੈਣਗੀਆਂ, ਧੀਆਂ ਤੋਂ ਮਾਵਾਂ ਕਹਿਣਗੀਆਂ ਕਿ ਨਹੀਂ ਪੁੱਤ ਚੰਗੇ ਨਹੀਂ ਲੱਗੀਦਾ, ਚੰਗੇ ਨਹੀਂ ਲੱਗੀਦਾ, ਚੰਗੇ ਕਿਉਂ ਨਹੀਂ ਲੱਗੀਦਾ ਭਲਾ ਬੰਦਾ ਪੁੱਛੇ ਹੈ। ਜੇ ਇੱਕ ਧੀ ਆਪਣੀ ਮਾਂ ਦੇ ਕੋਲ ਜਾ ਕੇ ਰਹਿ ਸਕਦੀ ਆ, ਅਤੇ ਮਾਵਾਂ ਉਹ ਉਹਨਾਂ ਦਾ ਘਰ ਹੈ ਅਤੇ ਧੀ ਦਾ ਘਰ ਦੀ ਗੱਲ ਮਾਂ ਦਾ ਘਰ ਨਹੀਂ ਹੁੰਦਾ। ਇਸ ਕਰਕੇ ਮੰਮੀ ਨਾਲ ਥੋੜ੍ਹਾ ਹੁੰਦਾ ਕਿ ਲੋਕ ਕੋਈ ਕਹੂਗਾ ਕਿ ਹਾਏ ਜਾ ਕੇ ਧੀ ਦੇ ਘਰ ਬੈਠੇ ਆ, ਅਤੇ ਨਹੀਂ ਹੁਣ ਨਵਾਂ ਜ਼ਮਾਨਾ ਨਹੀਂ ਹੈਗੇ, ਅੱਗੇ ਹੁੰਦੀਆਂ ਸੀ ਇਵੇਂ ਦੀਆਂ ਗੱਲਾਂ, ਪਰ ਹੁਣ ਨਹੀਂ ਉਹ ਗੱਲਾਂ ਹੈਗੀਆਂ। ਪਰ ਪੁਰਾਣੀਆਂ ਮੰਮੀਆਂ ਪੁਰਾਣੀਆਂ ਬੀਬੀਆਂ ਜਿਹੜੀਆਂ ਉਹ ਅੱਜ ਕੱਲ੍ਹ ਅਜੇ ਵੀ ਉਹਨਾਂ ਗੱਲਾਂ 'ਤੇ ਚੱਲਦੀਆਂ, ਅਤੇ ਨਹੀਂ ਮੈਂ ਨਹੀਂ ਕੋਈ ਗੱਲ ਨਹੀਂ ਤੁਸੀਂ ਰਹੋ, ਫਿਰ ਇਹਦਾ ਵੀ ਛੱਡ ਦੇਵਾਂਗੇ। ਹੁਣ ਆਏ ਜੇ ਤੁਸੀਂ ਕੱਲ੍ਹ ਮਸਾਂ ਹੀ ਆਏ ਤੁਹਾਨੂੰ, ਅਤੇ ਅੱਜ ਹੁਣ 2 ਦਿਨ ਨਾ ਰਹੋ ਤਾਂ ਫਿਰ ਇਹ ਤਾਂ ਗੱਲ ਕਰਦੇ ਆ ਨਾ, ਅਤੇ ਫਿਰ ਕੋਈ ਗੱਲ ਨਹੀਂ। ਮੰਮੀ ਕਹਿੰਦੇ ਨਾ, ਮੰਮੀ ਕਹਿੰਦੇ ਕਿ ਸਾਨੂੰ ਰਹਿੰਦੇ ਹੀ ਆ ਜਾਓ, ਮੈਂ ਨਹੀਂ ਅਸੀਂ ਤਾਂ ਅਜੇ ਥੋੜ੍ਹੇ ਦਿਨ ਹੀ ਹੋਏ ਆ, ਓਕੇ ਜਾਂ ਨੂੰ ਜੇ ਤੁਸੀਂ ਆਓ ਹੁਣ, ਅਤੇ ਇਸ ਕਰਕੇ ਫਿਰ ਮੰਮੀ ਨੂੰ ਆਪਾਂ ਰੱਬ ਜਾ ਕੇ ਲੈ ਕੇ ਆਇਆ ਸੀਗਾ, ਅਤੇ ਹੁਣ ਆਪਾਂ ਕਰਦੇ ਹਾਂ ਬਾਹਰ ਜਾ ਕੇ ਗੱਲਾਂ ਬਾਤਾਂ, ਮੈਂ ਸਬਜ਼ੀ ਨੂੰ ਤੁਹਾਨੂੰ ਤੜਕਾ ਲਾ ਜਾ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਫਿਰ ਨਾਲ ਵੀਡੀਓ ਦੇ ਨਾਲ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿਹਨਾਂ ਨੇ ਅਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਭੈਣ ਭਰਾਵਾਂ ਨੂੰ ਨਹੀਂ ਸੋਰੀ, ਅਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ, ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਓ। ਅਤੇ ਅੱਜ ਆਪਾਂ ਕੁਰਸੀਆਂ ਵੀ ਖਰੀਦੀਆਂ, ਉਹ ਆਪਣੇ ਕੱਲ੍ਹ ਨੂੰ ਆਉਣੀਆਂ ਜਾਂ ਆਈਆਂ ਨਹੀਂ, ਕਿਉਂਕਿ ਭਾਈ ਕੋਲ ਹੈ ਥੋੜ੍ਹੀਆਂ ਸੀਗੀਆਂ। ਕੌਣ ਆ? ਅੱਛਾ, ਅਤੇ ਫਿਰ ਆਪਾਂ ਚੇਅਰਸ ਜਿਹੜੀਆਂ ਤੁਹਾਨੂੰ ਕੱਲ੍ਹ ਨੂੰ ਕੁਰਸੀਆਂ, ਪੰਜਾਬੀਆਂ ਦੀਆਂ ਕੁਰਸੀਆਂ, ਕੁਰਸੀਆਂ ਜਿੰਨੀ ਮਰਜ਼ੀ ਇੰਗਲਿਸ਼ ਆਉਂਦੀ ਹੋਵੇ ਨਾ, ਜਿਹੜੀ ਆਪਣੀ ਮੇਨ ਭਾਸ਼ਾ ਉਹ ਮੂੰਹ ਤੋਂ ਨਿਕਲੀ ਜਾਂਦੀ ਆ, ਪੰਜਾਬੀ ਆ ਅਤੇ ਪੰਜਾਬੀ ਹੀ ਰਹੂਗੀ। ਅਤੇ ਚਲੋ ਜੀ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਨਵੀਆਂ ਚੇਅਰਸ ਦੇ ਨਾਲ, ਅਤੇ ਤਦ ਤੱਕ ਤੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਫੋਰ ਵਾਚਿੰਗ, ਬਾਏ।